ਤੁਸੀਂ ਦੇਖ ਰਹੇ ਹੋ ਲੋਕ ਰੰਗ ਪੰਜਾਬੀ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਸਰਦਾਰ ਕੁਲਵੰਤ ਸਿੰਘ ਹੋਰਾਂ ਨਾਲ ਪੋਰਟਰੇਟ ਆਰਟਿਸਟ ਸਰਦਾਰ ਕੁਲਵੰਤ ਸਿੰਘ। ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਉਹ ਤਾਂ ਹੋ ਗਿਆ ਇੱਕ ਪਾਰਟ ਤੁਹਾਡੀ ਲਾਈਫ ਦਾ, ਹੁਣ ਜਿਹੜਾ ਹੈ ਤੁਸੀਂ ਕਮਿਸ਼ਨ ਪੋਰਟਰੇਟਸ ਵੀ ਕਰਦੇ ਹੋ। ਹਾਂਜੀ, ਉਹਦੇ ਵਿੱਚ ਕੁਝ ਐਸੇ ਪੋਰਟਰੇਟਸ ਤੁਹਾਡੇ ਦੇਖੇ ਨੇ ਜਿਹਦੇ ਵਿੱਚ ਕਿ ਉਹ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅਸੀਂ ਟੋਟਲੀ ਪ੍ਰੋਫੈਸ਼ਨਲ ਪੋਰਟਰੇਟ ਪੇਂਟਰ ਨੇ ਜਿਹੜੇ ਨਾਰਥ ਅਮਰੀਕਾ ਦੇ, ਉਹਨਾਂ ਵਰਗਾ ਤੁਸੀਂ ਕੰਮ ਕਰ ਰਹੇ ਹੋ ਔਰ ਉਹਨਾਂ ਨਾਲੋਂ ਵੀ ਵਧੀਆ ਕੁਛ ਇੱਕ ਨਾਲੋਂ ਕੰਮ ਕਰ ਰਹੇ ਹੋ ਤੁਸੀਂ, ਉਹਦੇ ਬਾਰੇ ਤੁਸੀਂ ਦੱਸਣਾ। ਤੁਸੀਂ ਕੋਈ ਖਾਸ ਇੱਕ ਪੋਰਟਰੇਟ ਜਿਹਦੇ ਬਾਰੇ ਗੱਲ ਕਰਨਾ ਚਾਹੋਗੇ ਉਹ ਦੱਸਣਾ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਤੁਹਾਡੀਆਂ ਡਰਾਇੰਗਸ ਦੀ ਅਤੇ ਹੋਰ ਚੀਜ਼ਾਂ ਦੀ। ਸਾਰਿਆਂ ਤੋਂ ਪਹਿਲਾਂ ਇਸ ਤਰ੍ਹਾਂ ਹੋਈ ਕਿ ਸਾਡੇ ਇੱਥੇ ਮੇਰੇ ਬੜੇ ਹੀ ਸਤਿਕਾਰਯੋਗ ਸਰਦਾਰ ਪ੍ਰਿਤਪਾਲ ਸਿੰਘ ਚੱਗਰ ਜੀ ਹੈਗੇ ਨੇ ਜਿਹੜੇ ਮੇਰੇ ਸਪੋਰਟਰ ਆ, ਮੈਨੂੰ ਹੈਲਪ ਕਰਦੇ ਆ, ਮੈਨੂੰ ਹੌਸਲਾ ਦਿੰਦੇ ਆ ਹਰ ਟਾਈਮ। ਰਾਈਟ, ਅਤੇ ਉਹਨਾਂ ਦੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਕਿ ਇੱਕ ਸੱਜਣ ਨੇ ਮੇਰੇ ਤੋਂ ਫੋਟੋਸ਼ੂਟ ਵੀ ਕਰਵਾ ਲਿਆ ਪਰ ਮੈਨੂੰ ਅੱਗੇ ਕੋਈ ਯੈਸ ਨਹੀਂ ਕਰ ਰਹੇ। ਅੱਛਾ, ਤਾਂ ਕਹਿੰਦੇ ਵੀ ਕੁਲਵੰਤ ਉਹਨਾਂ ਨੇ ਪੋਰਟਰੇਟ ਨਹੀਂ ਬਣਵਾਉਣਾ, ਤੂੰ ਇੱਦਾਂ ਕਰ ਤੂੰ ਉਹਨਾਂ ਨੂੰ ਛੱਡ ਅਤੇ ਮੇਰੀ ਪੋਰਟਰੇਟ ਬਣਾ ਲਓ। ਅੱਛਾ, ਠੀਕ। ਫਿਰ ਉਹਨਾਂ ਦਾ ਮੈਂ ਸਾਰਾ ਪ੍ਰੋਸੈਸ ਜੋ ਪੋਰਟਰੇਟ ਪੇਂਟਿੰਗ ਦੇ ਲਈ ਯੂਜ਼ ਕੀਤਾ ਜਾਂਦਾ, ਉਹਨਾਂ ਦੀਆਂ ਡਰਾਇੰਗਸ ਬਣਾਈਆਂ, ਉਹਨਾਂ ਦੀ ਫੋਟੋਸ਼ੂਟ ਕੀਤਾ, ਉਹਦੇ ਵਿੱਚੋਂ ਫਿਰ ਸਿਲੈਕਟ ਕਰਕੇ ਇੱਕ ਪੇਂਟਿੰਗ ਜਿਹੜੀ ਆ ਉਹਨਾਂ ਦੀ ਪੋਰਟਰੇਟ ਬਣਾਈ, ਜਿਹੜੀ ਮੈਨੂੰ ਅੱਜ ਤੱਕ ਹਰ ਪਾਸੇ ਤੋਂ ਜਿਹੜੀ ਮੈਨੂੰ ਸ਼ਾਬਾਸ਼ ਦਵਾਉਂਦੀ ਆ। ਵੈਰੀ ਗੁੱਡ। ਹੁਣ ਤੁਹਾਡੇ ਜਿਹੜੇ ਕੰਮ ਨੇ ਇਹ ਬੜੇ ਕਮਾਲ ਦੇ ਕੰਮ ਨੇ। ਤੁਸੀਂ ਇੱਕ ਹੋਰ ਪੋਰਟਰੇਟ ਕੀਤਾ ਸੀ, ਤੁਸੀਂ ਡਰਾਇੰਗ ਦਿਖਾ ਰਹੇ ਸੀ ਮੈਨੂੰ, ਉਹ ਕਲਰ ਦਿਖਾ ਰਹੇ ਸੀ ਇੱਕ ਲੇਡੀ ਦੇ ਕਿ ਉਹਨਾਂ ਦਾ ਨੱਕ ਥੋੜ੍ਹਾ ਛੋਟਾ ਰਹਿ ਗਿਆ ਸੀ ਜਾਂ ਵੱਡਾ ਰਹਿ ਗਿਆ ਸੀ, ਤੁਸੀਂ ਉਸਨੂੰ ਦੁਬਾਰਾ ਬਣਾਇਆ ਸੀਗਾ, ਇਹ ਤਸਵੀਰ ਜਿਹੜੀ ਦਿਖ ਰਹੀ ਹੈ ਇਸ ਵੇਲੇ, ਇਹਦੇ ਬਾਰੇ ਦੱਸਣਾ ਇਸ ਪੋਰਟਰੇਟ ਦੇ ਬਾਰੇ 'ਚ। ਉਹ ਪੋਰਟਰੇਟ ਅਸਲ ਦੇ ਵਿੱਚ ਮੈਂ ਜਿਹੜਾ ਮੇਰੇ ਆਲਾ ਦੁਆਲਾ ਆ ਜੀ, ਮੈਨੂੰ ਉਹ ਇਹ ਕਹਿਣ ਲੱਗੇ ਕਿ ਜਿੱਦਾਂ ਦੀ ਤਸਵੀਰ ਆ ਤੂੰ ਉੱਦਾਂ ਦੀ ਬਣਾਈ ਜਾਂਦਾ ਅਤੇ ਫਿਰ ਤੇਰੇ ਆਰਟਿਸਟ ਹੋਣ ਦਾ ਕੀ ਫਾਇਦਾ, ਠੀਕ ਹੈ ਥੋੜ੍ਹਾ ਜਿਹਾ ਇਹਨਾਂ ਨੂੰ ਚੇਂਜ ਕਰ। ਠੀਕ ਹੈ, ਮੈਂ ਉਹਨਾਂ ਦੀ ਜਿਹੜੀ ਫੇਸ ਜਿਹੜਾ ਸਟਰਕਚਰ ਹੈ ਉਹਦੇ ਵਿੱਚੋਂ ਵੀ ਕੁਛ ਕਰੋਪ ਕੀਤਾ, ਕੁਛ ਉਹਨਾਂ ਦੀਆਂ ਜੋ ਏਜ ਦੀਆਂ ਡਿਟੇਲ ਸੀਗੀਆਂ ਅੱਛਾ ਉਹ ਜਿਹੜੀਆਂ ਉਹ ਚੇਂਜ ਕਰ ਦਿੱਤੀਆਂ। ਹੁਣ ਉਹ ਸਾਰੇ ਐਕਸਪੈਰੀਮੈਂਟਸ ਦੇ ਨਾਲ ਕੀ ਹੋਇਆ ਕਿ ਉਹਨਾਂ ਦਾ ਕੈਰੇਕਟਰ ਉਹ ਨਜ਼ਰ ਨਹੀਂ ਸੀ ਆਉਂਦਾ ਜਿਹੜਾ ਸਾਹਮਣੇ ਫੇਸ ਦਿਖਦਾ ਸਾਹਮਣੇ ਹੈਗੇ ਆ। ਹਾਂਜੀ, ਫਿਰ ਮੈਂ ਕੁਛ ਚਾਰਕੋਲ ਡਰਾਇੰਗਸ ਬਣਾਈਆਂ ਜਿਹੜੇ ਇੱਕ ਪੋਰਟਰੇਟ ਉਹਨਾਂ ਦੀ ਹੈਗੀ ਆ ਮਿਸਟਰ ਸ਼ਰਮਾ ਦੀ, ਉਹ ਕਹਿੰਦੇ ਵੀ ਮਜ਼ਾ ਆ ਗਿਆ, ਇਹ ਵਾਕਈ ਉੱਦਾਂ ਦੀ ਹੈ ਜਿੱਦਾਂ ਦਾ ਮੈਂ ਹੈਗਾ। ਉਹਨੇ ਇੱਕ ਲਫ਼ਜ਼ ਯੂਜ਼ ਕੀਤਾ ਵਿੱਚ ਚਾਰਕੋਲ ਸਕੈਚਸ ਕੀਤੇ। ਹਾਂਜੀ, ਤੇ ਅੱਜ ਕੱਲ੍ਹ ਤੁਸੀਂ ਚਾਰਕੋਲ ਨਾਲ ਬਹੁਤ ਸਾਰਾ ਕੰਮ ਕਰ ਰਹੇ ਹੋ, ਇਹ ਕਿੱਦਾਂ ਮੋੜ ਆਇਆ ਕਿ ਆਇਲ ਪੇਂਟ ਕਰਦਿਆਂ ਹੋਇਆਂ ਇੰਨੀ ਡਿਟੇਲਡ ਕੰਮ ਕਰਦਿਆਂ ਹੋਇਆਂ ਵਾਪਸ ਡਰਾਇੰਗ ਚਾਰਕੋਲ ਕਰਨਾ? ਨਹੀਂ, ਇਹ ਪੇਂਟਿੰਗ ਦਾ ਹੀ ਪ੍ਰੋਸੈਸ ਹੈ ਤਾਂ ਪੇਂਟਿੰਗ ਦਾ ਪ੍ਰੋਸੈਸ, ਪਰ ਆਇਲ ਕਰਦਿਆਂ ਕਰਦਿਆਂ ਸਕੈਚਿਸ ਕਰਦਿਆਂ ਕਰਦਿਆਂ ਤੁਹਾਡੀ ਇੱਕ ਬਿਲਕੁਲ ਹੀ ਵੱਖਰੀ ਤਰ੍ਹਾਂ ਦੇ ਔਰ ਇੰਨੇ ਡਿਟੇਲਡ ਚਾਰਕੋਲ ਸਕੈਚਿਸ ਕਰਨੇ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ, ਅਤੇ ਇਹਦਾ ਸੁਭਾਅ ਕਿੱਦਾਂ ਬਣਿਆ ਤੁਹਾਡਾ? ਇਹ ਜਿਹੜੇ ਹੈਗੇ ਆ ਅਸਲ ਦੇ ਵਿੱਚ ਸਾਡੇ ਬਹੁਤ ਸਾਰੇ ਆਰਟਿਸਟ ਪੁਰਾਣੇ ਆਰਟਿਸਟਾਂ ਨੂੰ ਆਪਾਂ ਜੇ ਦੇਖੀਏ ਭਾਵੇਂ ਮਾਈਕਲੇਂਜਲੋ ਹੋਣ, ਡਾਵਿੰਚੀ ਹੋਣ ਜਾਂ ਜਿੰਨੇ ਵੀ ਹੋਰ ਆਰਟਿਸਟ ਹੈਗੇ ਆ ਰੂਬਿਨਸ ਨੇ, ਉਹਨਾਂ ਨੇ ਸਾਰਿਆਂ ਨੇ ਡਰਾਇੰਗਸ ਬਣਾਈਆਂ। ਚਾਰਕੋਲ ਇੱਕ ਬੜਾ ਫੇਮਸ ਮੀਡੀਅਮ ਰਿਹਾ, ਰਾਜੇ ਮਹਾਰਾਜੇ ਦੀਆਂ ਤਸਵੀਰਾਂ ਹੁੰਦੀਆਂ ਸੀਗੀਆਂ, ਉਦੋਂ ਰਿਵਾਜ ਹੁੰਦਾ ਸੀ ਕਿ ਤੁਸੀਂ ਡਰਾਇੰਗ ਤੁਹਾਡੀ ਬੜੀ ਪਰਫੈਕਟ ਹੁੰਦੀ ਸੀਗੀ। ਹਾਂਜੀ, ਕਿ ਮਾਡਲ ਤੋਂ ਬਿਠਾ ਕੇ ਡਰਾਇੰਗ ਕਰਦੇ ਸੀ, ਤਾਂ ਚਾਰਕੋਲ ਇੱਕ ਬੜਾ ਵਧੀਆ ਮੀਡੀਅਮ ਸੀਗਾ। ਅੱਛਾ, ਉਸ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਇਹ ਸ਼ੁਰੂ ਕੀਤਾ ਕਰਨਾ? ਹਾਂਜੀ, ਅਤੇ ਉਹ ਫਿਰ ਮੈਨੂੰ ਵੀ ਚੰਗਾ ਲੱਗਦਾ। ਤੁਹਾਡੇ ਜਿਹੜੇ ਚਾਰਕੋਲ ਦੇ ਪੋਰਟਰੇਟਸ ਹੈ ਜਾਂ ਚਾਰਕੋਲ ਦੀਆਂ ਡਰਾਇੰਗਸ ਆ, ਉਹ ਦੇਖ ਕੇ ਲੱਗਦਾ ਨਹੀਂ ਹੈ ਕਿ ਤੁਹਾਨੂੰ ਰੰਗਾਂ ਦੀ ਲੋੜ ਹੋਏਗੀ। ਜਿਹੜਾ ਚਾਰਕੋਲ ਦੇ ਵਿੱਚ ਕੰਮ ਹੋ ਸਕਦਾ ਇੱਕ ਬਲੈਕ ਐਂਡ ਵਾਈਟ, ਹਾਂਜੀ ਹੈ ਨਾ, ਕੰਮ ਇੰਨਾ ਕੁ ਖੂਬਸੂਰਤ ਹੁੰਦਾ ਕਿ ਲੱਗਦਾ ਹੀ ਨਹੀਂ ਬੰਦੇ ਨੂੰ ਕਿ ਤੁਹਾਨੂੰ ਉਹਦੇ ਰੰਗਾਂ ਦੀ ਘਾਟ ਮਹਿਸੂਸ ਨਹੀਂ ਹੁੰਦੀ। ਹਾਂਜੀ, ਉਹ ਮੀਡੀਅਮ ਦੀ ਆਪਣੀ ਇੱਕ ਖਾਸੀਅਤ ਹੈ ਕਿ ਤੁਸੀਂ ਜਿਸ ਖੂਬੀ ਦੇ ਨਾਲ ਚਾਰਕੋਲ ਬਣਾਉਂਦੇ ਹੋ ਉਹ ਬਹੁਤ ਕਮਾਲ ਦਾ ਕੰਮ ਹੈ। ਸ਼ੁਕਰੀਆ ਜੀ। ਤੇ ਤੁਸੀਂ ਕੋਈ ਐਸਾ ਆਰਟਿਸਟ ਹੋਵੇ ਜਿਹੜਾ ਤੁਹਾਡਾ ਫੇਵਰਿਟ ਹੈ ਜਿਸ ਤੋਂ ਤੁਸੀਂ ਪ੍ਰਭਾਵਿਤ ਹੋਵੋ? ਜਿਹੜੇ ਪੁਰਾਣੇ ਜੇ ਆਪਾਂ ਮਾਸਟਰਸ ਦੀ ਗੱਲ ਕਰੀਏ ਤਾਂ ਆਰਟਿਸਟ ਤਾਂ ਸਾਰੇ ਹੀ ਚੰਗੇ ਨੇ। ਮੈਨੂੰ ਜਿਹੜਾ ਪੇਂਟਿੰਗ ਦਾ ਰੰਗਾਂ ਦਾ ਜਿਹੜਾ ਮੈਨੂੰ ਪ੍ਰਭਾਵਿਤ ਜ਼ਿਆਦਾ ਕਰਦੇ ਨੇ ਉਹ ਰੈਂਬਰਾਂ ਰੈਂਬਰਾਂ ਤੋਂ ਪ੍ਰਭਾਵਿਤ ਹੋ, ਉਹਨਾਂ ਦੀ ਲਾਈਟਿੰਗ ਅਤੇ ਉਹਨਾਂ ਦੇ ਕਲਰਸ ਪੋਰਟਰੇਟਸ ਉਹ ਬੜੇ ਕਮਾਲ ਦੇ ਕਰਦੇ ਨੇ।
ਤੇ ਜਿਹੜੇ ਵੈਨ ਗੋਗ ਦੀ ਮੈਨੂੰ ਲਾਈਫ ਜਿਹੜੀ ਹੈਗੀ ਆ ਉਹਦੇ 'ਚ ਜਿਹੜੀ ਅੱਗ ਪੇਂਟਿੰਗ ਦੀ ਪੇਂਟਿੰਗ ਕਰਨ ਦੀ ਉਹਨਾਂ ਦੇ ਵਿੱਚ ਸੀ ਉਹ ਮੈਨੂੰ ਉਸੇ ਤਰੀਕੇ ਦੇ ਨਾਲ ਹੀ ਮੇਰੇ ਅੰਦਰ ਵੈਨ ਗੋ ਤੇ ਮਾਸਟਰ ਆਫ ਮੂਵਮੈਂਟ ਹੈ ਨਾ ਉਹਨਾਂ ਦੇ ਜੇ ਉਹਨਾਂ ਨੇ ਫੀਲਡ ਬਣਾਏ ਨੇ ਹਾਂਜੀ ਖੇਤ ਬਣਾਏ ਨੇ ਹਾਂਜੀ ਤੇ ਉਹ ਲੱਗਦਾ ਹੈ ਕਿ ਹਵਾ ਚੱਲ ਰਹੀ ਹੈ ਜੇ ਉਹਨਾਂ ਨੇ ਦਰਖਤ ਬਣਾ ਦਿੱਤੇ ਹੈ ਤੇ ਉਹ ਲੱਗਦਾ ਹੈ ਕਿ ਹਵਾ ਨਾਲ ਝੂਲ ਰਹੇ ਹੈ ਜਿਹੜੀ ਮੂਵਮੈਂਟ ਹੈ ਹਾਂਜੀ ਉਹ ਮੈਨੂੰ ਲੱਗਦਾ ਕਿ ਵੈਨ ਗੋ ਤੋਂ ਪਹਿਲਾਂ ਔਰ ਇਹਨੇ ਆਸਾਨ ਤਰੀਕੇ ਨਾਲ ਕਿਸੇ ਹੋਰ ਨੇ ਨਹੀਂ ਕੀਤੀ ਨਹੀਂ ਪਰ ਉਹਦੇ ਨਾਲ ਨਾਲ ਜਦੋਂ ਆਪਾਂ ਉਹਨਾਂ ਦੀ ਲਾਈਫ ਦੀ ਗੱਲ ਕਰਦੇ ਹਾਂ ਨਾ ਜਿਹੜੀ ਮੈਂ ਗੱਲ ਕੀਤੀ ਕਿ ਉਹਨਾਂ ਦੀ ਅੱਗ ਜਿਹੜੀ ਸੀ ਹਾਂਜੀ ਉਹ ਹੁਣ ਦੇਖੋ ਨਾ ਕਿ ਇਸ ਤਰ੍ਹਾਂ ਦਾ ਇਨਸਾਨ ਕਿ ਉਹਦੇ ਕੋਲ ਖਾਣ ਪੀਣ ਵਾਸਤੇ ਬੜੇ ਲਿਮਿਟਿਡ ਰਿਸੋਰਸਿਸ ਹੈਗੇ ਆ ਪਰ ਇਹਦੇ ਬਾਵਜੂਦ ਉਹ ਸਾਰੇ ਦਾ ਸਾਰਾ ਫੋਕਸ ਉਹਦਾ ਜਿਹੜਾ ਹੈਗਾ ਉਹ ਪੇਂਟਿੰਗ ਦੇ ਉੱਤੇ ਕਿ ਉਹਨੂੰ ਵਿਚਾਰੇ ਨੂੰ ਨਾ ਤੁਹਾਡੇ ਵਾਂਗ ਆਰਟਿਸਟ ਬਣਨ ਤੋਂ ਪਹਿਲਾਂ ਉਹ ਇਲੈਕਟ੍ਰੀਸ਼ੀਅਨ ਨਹੀਂ ਸੀ ਹਾਂਜੀ ਨਹੀਂ ਵੈਨ ਗੋਗ ਵੀ ਪ੍ਰੀਸਟ ਦੀ ਜੌਬ ਕਰਦੇ ਰਹੇ ਆ ਠੀਕ ਹੈ ਹਾਂਜੀ ਉਹਨਾਂ ਨੇ ਪ੍ਰੀਸਟ ਦੀ ਜੌਬ ਕਰਕੇ ਲੇਕਿਨ ਉਹਨਾਂ 'ਚ ਮੈਨੂੰ ਲੱਗਦਾ ਜਿਹੜੀ ਸਭ ਤੋਂ ਮਾੜੀ ਗੱਲ ਸੀ ਕਿ ਉਹ ਨਾ ਪੈਸੇ ਵੱਲੋਂ ਕਿ ਉਹ ਖਿੱਚ ਨਹੀਂ ਸੀ ਪੈਸੇ ਦੀ ਕਿ ਵੀ ਮੈਨੂੰ ਪੈਸਾ ਆਉਣਾ ਉਹਦਾ ਭਰਾ ਵੀ ਜਦੋਂ ਕਦੀ ਉਹ ਮਦਦ ਕਰਦਾ ਸੀ ਤੇ ਉਹ ਕਹਿ ਦਿੰਦਾ ਸੀ ਤੂੰ ਰਹਿਣ ਦੇ ਮੈਨੂੰ ਨਹੀਂ ਚਾਹੀਦਾ ਹਾਂਜੀ ਤੇ ਲਕਸ਼ਮੀ ਤਾਂ ਉਸੇ ਕੋਲ ਹੀ ਆਉਂਦੀ ਹੈ ਨਾ ਜਿਹੜਾ ਉਸਦੀ ਪੂਜਾ ਕਰਦਾ ਹਾਂ ਨਹੀਂ ਪਰ ਹੀ ਵਾਸ ਅ ਟਰੂ ਆਰਟਿਸਟ ਰਾਈਟ ਉਹਦੇ ਦਿਮਾਗ ਦੇ ਵਿੱਚ ਆਲਵੇਜ਼ ਇਹ ਰਿਹਾ ਜੇ ਆਪਾਂ ਉਹਨਾਂ ਦੀਆਂ ਲਾਈਫ ਦੇ ਉੱਤੇ ਬਣੀਆਂ ਫਿਲਮਾਂ ਜਿਹੜੀਆਂ ਹਾਂਜੀ ਉਹਨਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਉਹ ਆਪਣੇ ਭਰਾ ਨੂੰ ਇਹ ਫੋਰਸ ਕਰਦੇ ਰਹੇ ਆ ਕਿ ਮੇਰੀਆਂ ਪੇਂਟਿੰਗਸ ਕਿਉਂ ਨਹੀਂ ਮਿਲੀਅਨਸ ਦੇ ਵਿੱਚ ਵਿਕਦੀਆਂ ਮੈਂ ਇਹ ਸੁਪਨੇ ਲੈਣਾ ਕਿ ਮੇਰੀ ਵੀ ਪੇਂਟਿੰਗ ਵਿਕੇ ਮੈਂ ਉਹਦੇ ਤੋਂ ਪੈਸੇ ਕਮਾਵਾਂ ਪਰ ਉਹ ਨਹੀਂ ਸੀ ਹੈਪਨ ਹੋ ਰਿਹਾ ਬਹੁਤ ਕਮਾਲ ਦਾ ਨਾਵਲ ਹੈ ਜਿਹਦੇ ਵਿੱਚ ਬਹੁਤ ਸਾਰਾ ਕੋਈ ਡਿਪਿਕਟ ਕੀਤਾ ਉਸ 'ਤੇ ਫਿਲਮ ਵੀ ਬਣੀ ਹੈ ਅਤੇ ਉਹ ਜਿਹੜੀ ਗੱਲ ਕਰ ਰਿਹਾ ਨਾ ਕਿ ਕਿਉਂ ਨਹੀਂ ਵਿਕਦੀਆਂ ਪੇਂਟਿੰਗਸ ਉਹ ਬੜੀ ਕਮਾਲ ਦੀ ਗੱਲ ਹੈ ਅੱਗ ਤਾਂ ਅੰਦਰ ਉਹ ਹੈ ਲੇਕਿਨ ਉਹ ਸਮੇਂ ਤੋਂ ਬਹੁਤ ਪਹਿਲਾਂ ਦੀ ਗੱਲ ਕਰ ਰਿਹਾ ਸੀ ਉਹ ਪੇਂਟਿੰਗ ਜਿਹੜੀ ਹੈ ਨਾ ਉਸ ਸਮੇਂ ਜੋ ਕੀਤਾ ਜਾ ਰਿਹਾ ਸੀ ਜੋ ਵਿਕ ਰਿਹਾ ਸੀ ਉਹ ਨਹੀਂ ਸੀ ਬਣਾ ਰਿਹਾ ਇਸ ਕਰਕੇ ਜਿਹੜਾ ਪੋਰਟਰੇਟ ਕਰਦੇ ਹੋ ਕਿਸੇ ਡਿਊਕ ਦਾ ਜਾਂ ਕਿਸੇ ਵੱਡੇ ਬੰਦੇ ਦਾ ਕਮਿਸ਼ਨ ਮਿਲਦਾ ਹੈ ਤੁਹਾਨੂੰ ਪੈਸੇ ਮਿਲਦੇ ਨੇ ਲੇਕਿਨ ਜਦੋਂ ਤੁਸੀਂ ਜੁੱਤੇ ਪੇਂਟ ਕਰਨ ਲੱਗ ਜਾਓਗੇ ਤੁਹਾਨੂੰ ਕੀ ਮਿਲੇਗਾ ਉਹ ਜਿਹੜਾ ਆਰਟਿਸਟ ਵਾਸਤੇ ਜਿਹੜਾ ਕਮਰਸ਼ੀਅਲ ਟੱਚ ਹੈ ਨਾ ਸਬਜੈਕਟ ਜਿਹੜਾ ਹੈ ਉੱਥੇ ਸ਼ਾਇਦ ਜਿਹੜਾ ਵਨ ਗੋ ਉਹ ਲੈਕ ਆ ਐਨੀਵੇ ਸਾਡੀ ਜਿਹੜੀ ਕਨਵਰਸੇਸ਼ਨ ਹੋ ਰਹੀ ਹੈ ਇਸ ਨੂੰ ਅਸੀਂ ਵਾਪਸ ਲੈ ਕੇ ਆਉਣਾ ਕੁਲਵੰਤ ਸਿੰਘ ਜੀ ਹੋਰਾਂ 'ਤੇ ਅਤੇ ਕੁਲਵੰਤ ਸਿੰਘ ਜੀ ਅੱਜ ਕੱਲ੍ਹ ਤੁਸੀਂ ਜਿਹੜਾ ਹੈਗਾ ਆਪਣੇ ਕੰਮ ਬਾਰੇ ਦੱਸਣਾ ਕੀ ਕਰ ਰਹੇ ਮੈਂ ਜਿਹੜੇ ਕਮਿਸ਼ਨ ਪੋਰਟਰੇਟਸ ਦੇ ਨਾਲ ਨਾਲ ਜਿਹੜਾ ਮੇਰਾ ਰੋਟੀ ਰੋਜ਼ੀ ਦਾ ਸਾਧਨ ਜਿਹਦੇ ਨਾਲ ਮੈਂ ਫੈਮਿਲੀ ਨੂੰ ਪਾਲ ਰਿਹਾ ਹਾਂ ਹਾਂ ਮੈਂ ਇੱਥੇ ਕ੍ਰਾਈਸਲਰ ਜਿਹੜੀ ਕਾਰਾਂ ਦੀ ਅਸੈਂਬਲੀ ਪਲਾਂਟ ਆ ਜੀ ਉਹਦੇ ਵਿੱਚ ਕੰਮ ਕਰਦਾ ਹਾਂ 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 ਤਾਂ ਉਹਦੇ ਵਿੱਚ ਕੰਮ ਕਰਦਿਆਂ ਹੋਇਆ ਮੈਂ ਆਪਣੇ ਜਿਹੜੇ ਬਿੱਲਸ ਪੇ ਕਰਦਾ ਠੀਕ ਹੈ ਅਤੇ ਨਾਲ ਨਾਲ ਉਹਦੇ ਥਰੂ ਹੀ ਮੈਂ ਆਪਣੀਆਂ ਪੇਂਟਿੰਗਸ ਜਿਹੜੀਆਂ ਹੈਗੀਆਂ ਉਹਨਾਂ ਦੇ ਥਰੂ ਮੈਂ ਆਪਣੇ ਆਪ ਨੂੰ ਜਿਉਂਦਿਆਂ ਰੱਖ ਰਿਹਾ ਥੋੜ੍ਹਾ ਜਿਹਾ ਦੁੱਖਦਾਇਕ ਹੈ ਥੋੜ੍ਹੀ ਜਿਹੀ ਆਰਟਿਸਟ ਵਾਸਤੇ ਹਰਟ ਕਰਨ ਵਾਲੀ ਗੱਲ ਹੈ ਕਿ ਆਰਟ ਕਰਦੇ ਹਾਂ ਸਾਡਾ ਪੈਸ਼ਨ ਹੈ ਔਰ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਆ ਗਏ ਹਾਂ ਆਰਟ ਨੂੰ ਬਹੁਤ ਹੀ ਉੱਚਾ ਦਰਜਾ ਦਿੰਦੇ ਨੇ ਆਰਟਿਸਟ ਜਿੱਦਾਂ ਕਿਹਾ ਜਾਵੇ ਨਾ ਇਹਨਾਂ ਮੁਲਕਾਂ ਦੇ ਵਿੱਚ ਇਕੱਲਾ ਆਰਟਿਸਟ ਨਹੀਂ ਕਹਿੰਦੇ ਆਰਟਿਸਟ ਨੂੰ ਕਹਿੰਦੇ ਨੇ ਗਾਡ ਗਿਫਟਿਡ ਆਰਟਿਸਟ ਮਤਲਬ ਇਹ ਹੈ ਕਿ ਉਹਨਾਂ ਨੂੰ ਪਰਮਾਤਮਾ ਵੱਲੋਂ ਗਾਡ ਵੱਲੋਂ ਇੱਕ ਗਿਫਟ ਮਿਲਿਆ ਹੈ ਉਹ ਗਿਫਟ ਤੁਹਾਡੇ ਨਾਲ ਸਾਂਝਾ ਕਰਦੇ ਨੇ ਲੇਕਿਨ ਜਿਨ੍ਹਾਂ ਕੋਲ ਇੰਨੀਆਂ ਵੱਡੀਆਂ ਗਿਫਟ ਹੁੰਦੀਆਂ ਨੇ ਸਾਡੀ ਤਰਸ ਦੀ ਕੁਛ ਇੱਕ ਇੱਥੇ ਦੇ ਪੰਜਾਬੀ ਆਰਟਿਸਟਾਂ ਦੀ ਮੈਨੂੰ ਲੱਗਦਾ ਇਹ ਹੈ ਕਿ ਅਸੀਂ ਉਹ ਜਿਹੜੀ ਗਿਫਟ ਸਾਨੂੰ ਪਰਮਾਤਮਾ ਨੇ ਦਿੱਤੀ ਹੈ ਉਹਦਾ ਸਾਡੀ ਸੁਸਾਇਟੀ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਬਹੁਤ ਘੱਟ ਲੋਕਾਂ ਵਿੱਚ ਉਸ ਗਿਫਟ ਨੂੰ ਮਾਨਣ ਦਾ ਉਸ ਗਿਫਟ ਨੂੰ ਹਾਸਲ ਕਰਨ ਦਾ ਜਾਂ ਐਪਰੀਸ਼ੀਏਟ ਕਰਨ ਦਾ ਰੁਝਾਨ ਬੜਾ ਘੱਟ ਹੈ ਥੋੜ੍ਹਾ ਜਿਹਾ ਮੈਂ ਚੇਂਜ ਕਰਦਾ ਜੀ ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਸਾਡੀ ਕਮਿਊਨਿਟੀ ਹੈ ਜੀ ਉਹ ਬੜੀ ਮਿਹਨਤਕਸ਼ ਠੀਕ ਹੈ ਕਮਿਊਨਿਟੀ ਹੈ ਪਰ ਉਹ ਆਪਣੇ ਬਿੱਲਸ ਪੇ ਕਰਦੇ ਆ ਦਿਹਾੜੀਆਂ ਕਰਕੇ ਭਾਵੇਂ ਉਹ ਈਵਨ ਚੰਗੇ ਪੈਸੇ ਕਮਾਉਂਦੇ ਆ ਪਰ ਜਦੋਂ ਹਾਰਡ ਵਰਕ ਕਰਕੇ ਪੈਸੇ ਇਕੱਠੇ ਕਰਦੇ ਆ ਤਾਂ ਉਹਨਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਪੇਂਟਿੰਗ ਜਿਹੜੀ ਹੈ ਇਹ ਜਸਟ ਘਰ ਸਜਾਉਣ ਦਾ ਉਹ ਨਹੀਂ ਹੈਗਾ ਤਰੀਕਾ ਨਹੀਂ ਹੈਗਾ ਠੀਕ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਖਜ਼ਾਨਾ ਹੈ ਠੀਕ ਹੈ ਇੱਕ ਬਹੁਤ ਸਾਰੇ ਜਿਹੜੇ ਆਰਟ ਕਲੈਕਟਰਸ ਹੈ ਉਹ ਇਹਨੂੰ ਇਨਵੈਸਟ ਕਰਦੇ ਆ ਰਾਈਟ ਇਹਦੇ 'ਚ ਮਨੀ ਹਾਂਜੀ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਠੀਕ ਅਤੇ ਜਿਹੜੀਆਂ ਪੇਂਟਿੰਗਸ ਉਹਨਾਂ ਨੂੰ ਅਪੀਲ ਕਰਦੀਆਂ ਜਾਂ ਉਹ ਆਪਣੇ ਪੋਰਟਰੇਟਸ ਕਮਿਸ਼ਨ ਪੋਰਟਰੇਟਸ ਹੀ ਬਣਵਾਉਣੇ ਹੋਣ ਤਾਂ ਉਹ ਇੰਨਾ ਅਫੋਰਡ ਨਹੀਂ ਕਰ ਪਾਉਂਦੇ
ਰਾਈਟ ਕਿ ਉਹ ਇੰਨੇ ਪੈਸੇ ਪੇਂਟਿੰਗਸ ਦੇ ਉੱਤੇ ਖਰਚ ਕਰ ਸਕਣ। ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਉਹ ਅਫੋਰਡ ਨਹੀਂ ਕਰ ਸਕਦੇ, ਪਰ ਇੱਥੇ ਐਸੇ ਐਸੇ ਲੋਕ ਵੀ ਹੈਗੇ ਹੈ ਜਿਹੜੇ ਅਫੋਰਡ ਤੋਂ ਬਹੁਤ ਜ਼ਿਆਦਾ ਉੱਪਰ ਨੇ, ਜਿਹੜੇ ਕਿ ਦੋ ਦੋ ਤਿੰਨ ਤਿੰਨ ਮਿਲੀਅਨ ਡਾਲਰ ਦੇ ਘਰ ਜਿਹੜੇ ਆ ਖੁਦ ਬਣਵਾਉਂਦੇ ਨੇ। ਬਿਲਕੁਲ। ਲੇਕਿਨ ਮੈਨੂੰ ਉਦੋਂ ਹੀ ਖਦਸ਼ਾ ਹੁੰਦਾ ਹੈ ਜਦੋਂ ਕਿਸੇ ਅਨਨੋਨ ਇਟਾਲੀਅਨ ਆਰਟਿਸਟ ਦਾ ਜਾਂ ਅਨਨੋਨ ਚਾਈਨੀਜ਼ ਆਰਟਿਸਟ ਦਾ ਕੋਈ ਕੰਮ ਜਿਹੜਾ ਹੈਗਾ ਉਹਨਾਂ ਦੇ ਘਰਾਂ ਦੇ ਵਿੱਚ ਲੱਗਿਆ ਹੁੰਦਾ, ਪਰ ਉਹ ਬੜੇ ਫਖਰ ਨਾਲ ਦੱਸਦੇ ਨੇ ਇਹ $500 ਦੇ ਵਿੱਚ ਖਰੀਦ ਲਈ। ਐਗਜ਼ੈਕਟਲੀ। ਉਦੋਂ ਆਰਟਿਸਟ ਜਿਹੜਾ ਹੈ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਤਾਂ ਹਾਰਟ ਹੁੰਦਾ ਹੋਏਗਾ। ਫਿਰ ਜਿਹੜੀ ਪਹਿਲੀ ਗੱਲ ਕੀਤੀ ਹੈ ਨਾ ਕਿ ਉਹਨਾਂ ਨੂੰ ਸਮਝ ਹੀ ਨਹੀਂ ਆਰਟ ਦੀ। ਅੱਛਾ, ਤੁਸੀਂ ਇਸ ਗੱਲੋਂ ਤੁਸੀਂ ਵਾਕਈ ਮੰਨਦੇ ਆ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚ ਕਲਾ ਦੀ ਐਪਰੀਸ਼ੀਏਸ਼ਨ ਜਿਹੜੀ ਹੈ ਇਹ ਬਹੁਤ ਘੱਟ ਹੈ। ਬਿਲਕੁਲ ਘੱਟ ਹੈਗੀ ਹੈ, ਪਰ ਜਿਹਨਾਂ ਨੂੰ ਸਮਝ ਹੈ ਉਹ ਬਹੁਤ ਐਪਰੀਸ਼ੀਏਟ ਕਰਦੇ ਆ। ਬਿਲਕੁਲ ਠੀਕ ਹੈ ਜੀ। ਔਰ ਕੁਛ ਲੋਕ ਹੈਗੇ ਨੇ ਜਿਹੜੇ ਕਿ ਬਹੁਤ ਅੱਛੇ ਪੈਸੇ ਖਰਚ ਕੇ ਆਰਟ ਕਲੈਕਟ ਕਰਦੇ ਨੇ ਜਾਂ ਆਪਣੇ ਪੋਰਟਰੇਟਸ ਕਰਵਾਉਂਦੇ ਨੇ। ਮੈਂ ਹੁਣ ਅੱਜ ਕੱਲ੍ਹ ਜਿਹੜਾ ਮੈਂ ਪੋਰਟਰੇਟਸ ਬਣਾ ਰਿਹਾ, ਹਾਂਜੀ, ਤਾਂ ਉਹ ਆਮ ਬੰਦੇ ਵਾਸਤੇ ਮਹਿੰਗੇ ਹੁੰਦੇ ਆ। ਠੀਕ ਹੈ। 5-10-15-20,000 ਦੀ ਗੱਲ ਕਰਦੇ ਆ ਪੇਂਟਿੰਗ ਦੀ, ਪੋਰਟਰੇਟ ਦੀ, ਤਾਂ ਉਹਨਾਂ ਵਾਸਤੇ ਜਿਹੜੇ ਆਮ ਲੋਕ ਹੈ ਤਾਂ ਆਪਣੇ ਆਪ ਹੀ ਉਹਨਾਂ ਦੇ ਜਿਹੜੇ ਹੈਗੇ ਆ ਕੀ ਕਹਾਂ ਵੀ ਸਰਪ੍ਰਾਈਜ਼ ਹੁੰਦਾ ਉਹਨਾਂ ਲਈ ਵੀ ਪੇਂਟਿੰਗ ਦੇ ਉੱਤੇ ਜਾਂ ਫੋਟੋ ਦੇ ਉੱਤੇ ਕੌਣ 20,000 ਦਾ। ਉਹ ਬੜਾ ਮੁਸ਼ਕਲ ਹੈ, ਇਹਦੇ ਨਾਲ ਉੱਤੇ ਬਹੁਤ ਸੋਹਣੀ ਬਾਰ ਘਰ ਬਣ ਜਾਂਦੀ ਹੈ, ਪੂਰੀ ਭਰ ਜਾਂਦੀ ਹੈ ਇੰਨੇ ਨਾਲ ਦਾਰੂ ਦੇ ਨਾਲ, ਪਰ ਉਹ ਲੋਕ ਖਰਚਦੇ ਆ। ਕੁਲਵੰਤ ਸਿੰਘ ਜੀ, ਤੁਹਾਡੇ ਨਾਲ ਬਹੁਤ ਖੂਬਸੂਰਤ ਗੱਲਾਂ ਹੋਈਆਂ, ਬੜਾ ਮਜ਼ਾ ਆਇਆ ਤੁਹਾਡੇ ਨਾਲ, ਬੜੀ ਲੰਬੀ ਗੱਲ ਤੁਹਾਡੇ ਨਾਲ ਹੋਈ ਹੈ ਔਰ ਬਹੁਤ ਸਾਰੇ ਐਕਸਪੀਰੀਅੰਸਿਸ ਆਪਣੀ ਲਾਈਫ ਦੇ ਤੁਸੀਂ ਸਾਡੇ ਨਾਲ, ਸਾਡੇ ਦੇਖਣ ਵਾਲਿਆਂ ਨਾਲ ਸ਼ੇਅਰ ਕੀਤੇ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕ ਰੰਗ ਪੰਜਾਬੀ ਨਾਲ ਗੱਲਬਾਤ ਕਰਨ ਦਾ, ਔਰ ਸਾਡੇ ਦੇਖਣ ਵਾਲਿਆਂ ਨੂੰ ਬਹੁਤ ਇਨਫੋਰਮੇਟਿਵ ਗੱਲਾਂ ਔਰ ਬੜੇ ਮਜ਼ੇਦਾਰ ਗੱਲਾਂ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਜੀ, ਅਤੇ ਲੋਕ ਰੰਗ ਪੰਜਾਬੀ ਦਾ ਅਤੇ ਲੋਕ ਰੰਗ ਪੰਜਾਬੀ ਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਕਿ ਤੁਸੀਂ ਮੈਨੂੰ ਇਹ ਮੌਕਾ ਦਿੱਤਾ। ਹੁਣ ਸਮਾਂ ਸਮਾਪਤ ਹੈ, ਹੁਣ ਟਾਈਮ ਆ ਗਿਆ ਤੁਹਾਨੂੰ ਥੋੜ੍ਹੀ ਦੇਰ ਲਈ ਅਲਵਿਦਾ ਕਹਿਣ ਦੇ। ਅਗਲੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਅਸੀਂ ਕਿਸੇ ਹੋਰ ਕਲਾਕਾਰ ਨੂੰ, ਕਿਸੇ ਹੋਰ ਵਧੀਆ ਕ੍ਰੀਏਟਿਵ ਸ਼ਖਸੀਅਤ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤਦ ਤੱਕ ਲਈ ਥੈਂਕ ਯੂ, ਧੰਨਵਾਦ, ਸਤਿ ਸ਼੍ਰੀ ਅਕਾਲ।